ਵਿਆਹ ਇਹ ਬੰਦੇ ਦੀਆਂ ਤਿੰਨ ਗੱਲਾਂ ਜੋ ਅਕਸਰ ਹੀ ਔਰਤਾਂ ਗਲਤ ਸਮਝ ਲੈਂਦੀਆਂ ਨੇ। ਪਹਿਲੀ ਗੱਲ, ਉਹ ਦੂਜਿਆਂ ਦੀ ਘਰ ਵਾਲੀ ਵੱਲ ਤਾਂ ਦੇਖਦਾ ਏ ਤਾਂ ਜੋ ਆਪਦੀ ਘਰ ਵਾਲੀ ਵਾਸਤੇ ਚੰਗੇ ਕੱਪੜੇ ਤੇ ਚੰਗੇ ਗਹਿਣੇ ਲੈ ਆਵੇ ਤਾਂ ਜੋ ਦੂਜਿਆਂ ਦੀ ਘਰ ਵਾਲੀ ਨਾ ਉਹਦੀ ਘਰ ਵਾਲੀ ਜ਼ਿਆਦਾ ਸੋਹਣੀ ਲੱਗੇ। ਤੇ ਦੂਜਾ, ਉਹ ਬਾਹਰ ਜਾ ਕੇ ਆਪਦੀ ਘਰ ਦੀ ਦਾ ਫੋਨ ਤਾਂ ਨਹੀਂ ਚੱਕਦਾ ਕਿਉਂਕਿ ਉਹਨੂੰ ਪਤਾ ਜਦੋਂ ਉਹ ਫੋਨ ਲਾਊਗੀ ਤੇ ਉਹ ਫਾਸਟ ਫੂਡ ਮੰਗਾਊਗੀ, ਫਾਸਟ ਫੂਡ ਖਾਊਗੀ ਤੇ ਮੋਟੀ ਹੋ ਜੂਗੀ। ਸੋ ਇਹਨਾਂ ਚੀਜ਼ਾਂ ਤੋਂ ਉਹਨੂੰ ਬਚਾਉਣਾ ਚਾਹੁੰਦਾ। ਤੇ ਤੀਜਾ, ਉਹ ਆਪਦੇ ਘਰ ਦੀ ਦੇ ਪੇਕੇ ਜਾਣ ਤੇ ਤਾਂ ਖੁਸ਼ ਹੁੰਦਾ ਏ ਕਿਉਂਕਿ ਉਹਨੂੰ ਪਤਾ ਏ ਕਿ ਸਹੁਰੇ ਘਰ ਕੰਮ ਕਰ ਕਰਕੇ ਥੱਕ ਚੁੱਕੀ ਏ ਤੇ ਆਪਦੇ ਪੇਕੇ ਘਰ ਜਾ ਕੇ ਆਰਾਮ ਕਰ ਸਕੇ। ਹਾਂਜੀ, ਔਰਤਾਂ ਇਸ ਚੀਜ਼ ਦਾ ਹਮੇਸ਼ਾ ਗਲਤ ਮਤਲਬ ਸਮਝਦੀਆਂ। ਤੁਸੀਂ ਦੱਸੋ ਕਿਤੇ ਗਲਤ ਏ? ਹਾਂ, ਇਹ ਸਾਰਾ ਕੁਝ ਜਾਇਜ਼। ਆ ਵੀ ਅੱਜ ਮੰਮੀ ਕਿੱਧਰ ਨੂੰ ਚੱਲੀ? ਮੈਂ ਬਾਜ਼ਾਰ ਚੱਲੀ। ਤੇ ਮੇਰੇ ਲਈ ਵੀ ਕੁਝ ਲਿਆ ਦੀ। ਕੀ ਲਿਆ ਦਾਂ ਤੈਨੂੰ? ਮੇਰੇ ਲਈ ਘਰ ਵਾਲੀ ਤੇ ਤੇਰੇ ਲਈ ਤੇਰੀ ਨੌ। ਅੱਛਾ, ਮੈਂ ਬਾਜ਼ਾਰ ਚੱਲੀ ਆ ਕਿ ਮੈਰਿਜ ਬਿਊਰੋ ਨਹੀਂ ਚੱਲੀ ਕਿ ਤੇਰੇ ਲਈ ਲੈ ਆਵਾਂ। ਜੇ ਰਿਸ਼ਤੇਦਾਰਾਂ ਨੂੰ ਨਾ ਬਿਨਾਂ ਵਜ੍ਹਾ ਤੋਂ ਦੁਖੀ ਕਰਨਾ ਹੋਵੇ ਨਾ, ਬਿਨਾਂ ਵਜ੍ਹਾ ਤੋਂ ਉਹਨਾਂ ਘਰੇ ਡੱਬਾ ਭੇਜ ਦੇਵੇ ਸਿੱਧਾ ਹੀ। ਉਹਨਾਂ ਨੂੰ ਵਹਿਮ ਪਿਆ ਰਹਿਣਾ ਕਾਹਦਾ, ਇਹਨਾਂ ਨੇ ਕੀ ਹੋ ਗਿਆ, ਇਹਨਾਂ ਘਰੇ ਖੁਸ਼ੀ ਕਿਹੜੀ ਆ ਗਈ ਕਿਸੇ ਚੀਜ਼ ਦੀ? ਉੱਥੇ ਹੀ ਮੌਤ ਪੈ ਜਾਣੀ ਉਹਨਾਂ ਨੂੰ। ਸਹੀ ਗੱਲ ਕਿਹੜੀ ਜਿਮਿਆ? ਹਾਂਜੀ, ਸਤਿ ਸ੍ਰੀ ਅਕਾਲ।